ਸੁਣਿਆ ਜੇ ਹਜ਼ੂਰ ਦੀ ਮਹਿਫਲ ਚ ਆਣ ਵਾਲੇ ਦੀਵਾਨਿਓ ਸੁਣਿਆ ਜੇ ਇਧਰ ਜਨਾਬ ਸ਼ੀਮਾ ਟੁਰਦੀਆਂ ਟੁਰਦੀਆਂ ਯਾਰ ਦੀਆਂ ਗਲੀਆਂ ਵਿੱਚ ਆ ਗਈਆਂ ਹੱਥ ਬੰਨ ਕੇ ਅਰਜ਼ ਕੀਤੀ ਇੱਕ ਬੰਦ ਸਾਹਬੀ ਰਸੂਲ ਨੂੰ ਪੁੱਛਦੀਆਂ ਨੇ ਐ ਇਸ ਸ਼ਹਿਰ ਚ ਰਹਿਣ ਵਾਲਿਆ ਮੈਂ ਮੁਹੰਮਦ ਨੂੰ ਮਿਲਣਾ ਮੁਹੰਮਦ ਕਿੱਥੇ ਮਿਲੇਗਾ ਉਸਨੇ ਇਸ਼ਾਰਾ ਕੀਤਾ ਇਸ ਗਲੀ ਮੁੜ ਜਾ ਸਾਹਮਣੇ ਇੱਕ ਹਵੇਲੀ ਆਏਗੀ ਹਵੇਲੀ ਦਾ ਦਰਵਾਜ਼ਾ ਵੱਡਾ ਹੈ ਤੇ ਦੋ ਬੰਦੇ ਖੜੇ ਆਉਣਗੇ ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਹੋਣਗੀਆਂ ਉਸ ਹਵੇਲੀ ਦੇ ਅੰਦਰ ਮੁਹੰਮਦ ਮੁਸਤਫਾ ਤਸ਼ਰੀਫ ਫਰਮਾਨੇ ਰਾਵੀ ਲਿਖਦਾ ਹੈ ਕਿ ਹਜ਼ਰਤ ਸ਼ੀਮਾ ਜਿਸ ਵੇਲੇ ਹਵੇਲੀ ਦੇ ਬੂਹੇ ਅੱਗੇ ਆਈ ਨਾ ਤੇ ਕੜੀਅਲ ਜਵਾਨ ਖੜੇ ਆ ਤਲਵਾਰਾਂ ਲੈ ਕੇ ਹਜ਼ੂਰ ਦੀ ਗੁਲਾਮੀ ਕਰਦੇ ਆ ਸੁਣਿਆ ਜੇ ਮੰਜ਼ਰ ਸ਼ੀਮਾ ਅੰਦਰ ਦਾਖਲ ਹੋਣ ਲੱਗੀਆਂ ਉਹਨਾਂ ਤਲਵਾਰਾਂ ਲਾ ਕੇ ਰਾਹ ਰੋਕ ਕਹਿਣ ਲੱਗੇ ਆਉਣ ਵਾਲੀ ਬੀਬੀ ਏ ਤੈਨੂੰ ਅਸੀਂ ਜਾਣਦੇ ਨਹੀਂ ਹੈ ਤੂੰ ਬਗੈਰ ਪੁੱਛਿਆ ਤੁਸੀਂ ਦਵਾਰ ਦਰਵਾਜ਼ੇ ਵਿੱਚ ਅੰਦਰ ਦਾਖਲ ਹੋਣ ਲੱਗੀ ਹੈ ਤੂੰ ਕੌਣ ਹੈ ਸੁਣਿਆ ਜੇ ਹਜ਼ੂਰ ਦੇ ਗੁਲਾਮੋ ਹਜ਼ਰਤ ਸ਼ੀਮਾ ਜਲਾਲ ਚ ਆਪਣਾ ਹੱਥ ਇੰਜ ਤਲਵਾਰਾਂ ਦੇ ਥੱਲੂ ਰੱਖੇ ਅਸੀਂ ਤਲਵਾਰਾਂ ਦੇ ਥੱਲੂ ਹੱਥ ਰੱਖ ਕੇ ਤੇ ਜਲਾਲ ਚ ਪਿਛਾ ਹਟਾ ਕੇ ਕਹਿਣ ਲੱਗਿਆ ਹਟਾ ਲਓ ਪਿਛਾ ਤਲਵਾਰਾਂ ਤੁਸੀਂ ਨਹੀਂ ਜਾਣਦੇ ਨੇ ਮੈਂ ਕੌਣ ਨਹੀਂ ਆਉਣ ਵਾਲੀ ਬੀਬੀ ਕੌਣ ਪਰ ਮੈਂ ਜਿੰਦਾ ਤੁਸੀਂ ਕਲਮਾ ਪੜਦੇ ਹੋ ਨਾ ਮੈਂ ਉਹਦੀ ਭੈਣ ਸਾਹਬੀ ਦੇ ਹੱਥ ਵਿੱਚ ਤਲਵਾਰ ਡਿੱਗ ਪਈ ਕਹਿਣ ਲੱਗੇ ਰੁਕੀ ਮੈਂ ਹਜ਼ੂਰ ਨੂੰ ਖਬਰ ਦਿੱਤਾ ਅੰਦਰ ਗਏ ਤੇ ਹਜ਼ੂਰ ਦਾ ਖੈਮਾ ਅੰਦਰ ਲੱਗਾ ਉਸ ਹਵੇਲੀ ਕੁਛ ਕਬੀਲੇ ਦੇ ਲੋਕ ਆਏ ਸਨ ਸੁਲਾ ਵਾਸਤੇ ਕੁਝ ਈਮਾਨ ਲਿਆਉਣ ਵਾਸਤੇ ਆਏ ਸਨ ਹਜ਼ੂਰ ਤਸ਼ਰੀਫ ਫਰਮਾ ਸਨ ਦਰਵਾਜ਼ੇ ਤੇ ਜਾ ਕੇ ਖੜੇ ਹੋ ਕੇ ਆਵਾਜ਼ ਯਾ ਰਸੂਲ ਅੱਲਾ ਗਰੀਬ ਨਵਾਜ਼ ਬਾਹਰ ਇੱਕ ਬੀਬੀ ਆਈ ਹੈ ਜਿਹੜੀ ਕਹਿੰਦੀ ਹੈ ਮੈਂ ਤੁਹਾਡੇ ਨਬੀ ਦੀ ਭੈਣਾ ਸੁਣਿਆ ਜੇ ਜ਼ਰਾ ਦਿਲ ਤੇ ਹੱਥ ਰੱਖ ਹਜ਼ੂਰ ਨੇ ਅੱਜ ਪਰਦਾ ਚੁੱਕ ਕੇ ਵੇਖਿਆ ਉਹ ਸ਼ੀਮਾ ਆਈ ਖੜੀ ਏ ਸਰਕਾਰ ਨੇ ਇਸ਼ਾਰਾ ਫਰਮਾਇਆ ਭੈਣ ਸ਼ੀਮਾ ਅਗਾਇਆ ਜਾ ਸਰਕਾਰ ਜਲਦੀ ਨਾਲ ਬਾਹਰ ਨਿਕਲੇ ਨੇ ਸਰਕਾਰ ਨੇ ਇਸ਼ਾਰਾ ਫਰਮਾਇਆ ਗਾ ਜਾ ਸ਼ੀਮਾ ਟੁਰ ਪਈਆਂ ਇਧਰੋਂ ਹਜ਼ੂਰ ਟੁਰ ਰਹੇ ਸ਼ੀਮਾ ਵੱਲ ਪੈ ਜਾਂਦੇ ਨੇ ਸਰਕਾਰ ਦੀਆਂ ਅੱਖਾਂ ਵਿੱਚ ਅੰਸੂ ਆਏ ਹੋਏ ਇਧਰੋਂ ਸ਼ੀਮਾ ਆਉਂਦੀ ਰੋਂਦੀ ਪਈ ਏ ਸਰਕਾਰ ਦੇ ਕਰੀਬ ਆ ਰਹੀ ਏ ਤੇ ਸਰਕਾਰ ਦੂਰੋਂ ਹੀ ਗੱਲਾਂ ਪੈ ਕਰਦਨੀ ਸ਼ੀਮਾ ਅੱਜ ਮੁਹੰਮਦ ਵੀਰ ਦੀ ਯਾਦ ਕਿਵੇਂ ਆਈ ਆਈ ਨੀ ਸ਼ੀਮਾ ਅੱਜ ਤੈਨੂੰ ਵੇਖ ਕੇ ਮੈਨੂੰ ਬਚਪਨ ਯਾਦ ਆ ਗਿਆ ਨੀ ਸ਼ੀਮਾ ਅੱਜ ਤੈਨੂੰ ਵੇਖ ਕੇ ਮੈਨੂੰ ਬੱਕਰੀਆਂ ਚਰਾਣੀਆਂ ਯਾਦ ਆ ਗਿਆ ਨੀ ਸ਼ੀਮਾ ਅੱਜ ਤੈਨੂੰ ਵੇਖ ਕੇ ਮੈਨੂੰ ਅੰਮਾ ਹਲੀਮਾ ਦਾ ਪਿਆਰ ਯਾਦ ਆ ਗਿਆ ਅੱਜ ਸ਼ੀਮਾ ਤੈਨੂੰ ਵੇਖ ਕੇ ਮੈਨੂੰ ਕੁੱਲੀ ਵਿੱਚ ਰਹਿਣਾ ਯਾਦ ਆ ਗਿਆ ਨੀ ਸ਼ੀਮਾ ਅੱਜ ਵੀਰ ਕੋਲ ਆਈ ਏ ਮੈਨੂੰ ਉਹ ਵੇਲੇ ਵੀ ਯਾਦ ਜਦੋਂ ਮੈਂ ਬੱਕਰੀਆਂ ਚਰਾਣ ਜਾਂਦਾ ਹਾਂ ਤੂੰ ਸਾਰਾ ਸਾਰਾ ਦਿਨ ਮੇਰੇ ਰਾਵਾਂ ਵਿੱਚ ਬਹਿ ਕੇ ਮੇਰਾ ਇੰਤਜ਼ਾਰ ਕਰਦੀ ਹੋਈ ਓ ਮੁਹੰਮਦ ਵੀਰ ਕਦੋਂ ਆਏਗਾ ਮੁਹੰਮਦ ਵੀਰ ਕਦੋਂ ਆਏਗਾ ਜਦੋਂ ਮੈਂ ਆਉਂਦਾ ਹਾਂ ਸ਼ੀਮਾ ਤੂੰ ਬੜੀ ਮੁਹੱਬਤ ਦਾ ਇਜ਼ਹਾਰ ਕਰਦੀ ਆਈ ਓ ਨੀ ਸ਼ੀਮਾ ਇੱਕ ਉਹ ਵੇਲਾ ਜਦੋਂ ਅੰਮਾ ਦੀ ਕੁੱਲੀ ਵਿੱਚ ਰਹਿੰਦੇ ਹੈ ਅੱਜ ਵੇਖ ਮੇਰੇ ਰੱਬ ਦਾ ਕਰਮ ਅੱਜ ਵੇਖ ਉਸ ਦੀ ਰਹਿਮਤ ਅੱਜ ਵੇਖ ਉਸ ਦਾ ਫਜ਼ਲ ਨੀ ਸ਼ੀਮਾ ਅੱਜ ਜਿੱਧਰ ਵੀ ਨਜ਼ਰ ਮਾਰੇਗੀ ਤੈਨੂੰ ਸਾਰੇ ਜਹਾਨ ਚ ਮੁਹੰਮਦ ਦਾ ਹੀ ਸਿੱਕਾ ਨਜ਼ਰ ਆਏਗਾ ਅੱਜ ਹਰ ਇੱਕ ਚ ਮੁਹੰਮਦ ਮੁਹੰਮਦ ਵੀ ਵੇਖ ਸ਼ੀਮਾ ਅੱਲਾ ਦੇ ਕਿੰਨੇ ਕਰਮ ਹੋ ਗਏ ਦੱਸ ਬੈਣ ਕਿਵੇਂ ਆਈ ਦਰਦੇ ਦਿਲ ਰੱਖਣ ਵਾਲੇ ਉਹ ਸੁਣਿਆ ਜੀ ਥੱਕੇ ਤੇ ਨਹੀਂ ਬੈਠੇ ਮੈਂ ਤੁਹਾਡੀ ਜਾਨ ਛੱਡਦਾ
حضور نے شیما دے سر تے ہاتھ رکھیا رکھ کے فرمایا کیویں آئی بہن حکم کر اچھا شیما نے پہلا لفظ میں بڑے مان نال آئی ہاں تے بیراواں تے بڑے مان ہوندے نے سونا میں بڑے مان نال آئی فرمایا شیما دس تے صحیح کیویں کہن لگی یا محمد بڑے لج پا تیرا بچپن میرے نال گزریا بڑے قریب میرے قبیلے دے نا چند بندے تواڈے کول پھڑی گئے جنگ وچ قیدی بن گئے تے میں چھڑاوان آئی رحمت للعالمین اینڈ سجے ویکھیا کھبے ویکھیا سرکار نے فرمایا ابو بکر عمر عثمان علی جی سونا جی لجبال فرمایا میں جدوں بھی قیدی پکڑے نے میں قیدی چھٹے نے تواڈے نال مشورہ کیتا ہے اے اج میں مشورہ کو نہیں کرنا ہے اج بھین بوئے تے آئی سرکار نے فرمایا شیما بندے گن لے پورے کوئی رہت نہیں کیا حضور پورے بندے چھڑا کے نا تو شیما سر فخر نہ چکیا تے حضور ول ویکھ کے آکھیا مینوں پتہ ہا بھی تو بڑا مہربان ہے تے تو مینوں خالی نہیں ڈاں تے میں بڑی راضی ہو تے جاندی پئی ہاں تیرے تے تیرے ویڑے وسدے رہ تیرے گھر آباد رہ تینوں تھوڑا نہ ہو میری بہن میں بہن دا مان رکھے میں جاندی پئی شیما نے قدم چکیا رحمت للعالمین فرمایا شیما رک جا بندے تو اپنی مرضی نال لینے اج بھرا دے بوئے تے آئی اے خالی تے نہ جا سونا میں راضی ہاں سرکار نے فرمایا صحابہ جی سونا فرمایا ایک اٹھ لے نکیل پائی ہوئی اٹھا گیا مہار شیما دے ہاتھ وچ پکڑا کے فرمایا شیما اج بھرا گڑائی ہے آئے اٹھ دی مہار بھی پکڑ لے اٹھ بھی لئی جا تے اندے تے بیک سواری کر تاکہ دنیا نو پتا لگ جائے محمد یادی بہن تے کھیڈیا کرم کیتا شیما اٹھ پکڑ لیا تو اٹھ تو ہن بڑا قیمتی 1400 سال پیچھے نظر مارے شیما اٹھ پکڑ لیا بندے ان لے کے ٹرن لگی نا تے حضور فرمایا رکی اجے میرا سینہ ٹھنڈا نہیں آیا شیما مڑ رک گئی سرکار نے فرمایا صحابہ صحابہ جی سن فرمایا میرے خیمے وچ کھانا آیا پیو کھانا بھی کھانا لیاندا کہ حضور نے شیما دے ہاتھ وچ کھانا پکڑا کے فرمایا شیما آ روٹی بھی لئی جا کھانا لئی جا راہ وچ بھوک لگے جتھے اوتھے کھا لیں تو بہناں دی روٹیاں کھا کے آکھی میں بڑا نمبردار ہوں بڑا پیر اللہ شیما نے روٹیاں بڑیاں خوش ہوئیاں بندے بھی چھڑا لے اٹھ بھی مل گیا روٹی بھی مل گئی کھان واسطے ہن شیما ٹرن لگی حضور نے فرمایا رکی اجے میرا سینہ ٹھنڈا نہیں شیما رک گیا سرکار نے فرمایا صحابہ جی سونا فرمایا وہ جو رات کو میرے غلام آئے تھے نا جو انہوں نے یمن سے یمنی چادریں لائی تھی وہ چادریں بھی لے آئے چادریں بھی لے آ دیاں گے ایک چادر حضور نے اینج کھولی تے شیما دے سر تے کرا دی اچھا سچی دسیا جن دے سر تے حضور چادر رکھ دے من کفر کیویں نہ ٹوٹے کفر کیویں نہ ٹوٹے جن دے سر تے حضور اپنے ہتھاں نال چادر رکھ تے دوسری چادر انج بلیٹ کے حضور نے شیما دے ہاتھ وچ پڑا کے فرمایا آ وی نال نہیں اے بہنا شیما بڑیاں قیمتی نہیں پر بہنا نالوں قیمتی نہیں شیما نے چادرہ بھی پکڑ لی بڑی راضی ہو کے تو ٹری چار شنیاں ہو گئے بندے چھڑا لے اٹھ لے لیا کھانا مل گیا تے چادرہ
ਹੁਣ ਲੈ ਕੇ ਤੁਰੀ ਸਰਕਾਰ ਨੇ ਫਰਮਾਇਆ ਸ਼ੀਮਾ ਰੁਕ ਜਾ ਅਜੇ ਸੀਨਾ ਠੰਡਾ ਨਹੀਂ ਆਇਆ ਸੋਹਣਾ ਮੈਂ ਰਾਜ਼ੀ ਆਂ ਸਰਕਾਰ ਨੇ ਫਰਮਾਇਆ ਘਰ ਦੇ ਹਾਲਾਤ ਸੁਣਾ ਕੀ ਬਣੀ ਗਈ ਚੁੱਲ੍ਹੇ ਬਲਦੇ ਵੀ ਹੈਨੀ ਕਿ ਨਹੀਂ ਇੱਥੇ ਸ਼ੀਮਾ ਰੋ ਪਈਆ ਤੇ ਮੁੜ ਭੈਣਾਂ ਭਰਾਵਾਂ ਦੇ ਅੱਗੇ ਹੀ ਰੋਂਦੀਆਂ ਨੇ ਜਦੋਂ ਦੁੱਖ ਆ ਜਾਣ ਕਦੇ ਮੁਸੀਬਤ ਆਇਆ ਜਾਣ ਫਿਰ ਭੈਣਾਂ ਭਰਾਵਾਂ ਅੱਗੇ ਰੋਂਦੀਆਂ ਨੇ ਹੁਣ ਰੋ ਕੇ ਆਖਿਆ ਸੋਹਣਿਆ ਲਜਪਾਲਾ ਕਈ ਪੁੱਛਣਾ ਘਰ ਦੇ ਹਾਲਾਤ ਕੀ ਨੇ ਜਦੋਂ ਜਨਾਬ ਸਾਈਂ ਦੀ ਦਿਹਾੜੀ ਲੱਗ ਜਾਏ ਕੋਈ ਘਰ ਪੱਕ ਜਾਂਦੀ ਹੈ ਨਹੀਂ ਤੇ ਕਈ ਕਰਦੇ ਨੇ ਚੁੱਲ੍ਹਾ ਠੰਡਾ ਰਹਿੰਦਾ ਹੈ ਰਹਿਮਤ ਅੱਲ੍ਹਾ ਲਾਲ ਅਮੀਨ ਦੀ ਅੱਖਾਂ ਵਿੱਚੋਂ ਅੰਸੂ ਇਹਦੇ ਆਏ ਨੇ ਜਿਵੇਂ ਮੋਤੀ ਬਿਆਨ ਦੇ ਨੇ ਸਰਕਾਰ ਨੇ ਫਰਮਾਇਆ ਸਾਹਬਾ ਜੀ ਸੋਹਣਾ ਫਰਮਾ ਜਾ 40 ਬੱਕਰੀਆਂ ਵੀ ਲੈ ਆਓ ਮੇਰੀ ਭੈਣ ਬੜੀ ਗਰੀਬ ਨਹੀਂ ਹੈ 40 ਬੱਕਰੀਆਂ ਵੀ ਲੈ ਆਉਂਦੀਆਂ ਸਰਕਾਰ ਨੇ ਫਰਮਾ ਸ਼ੀਮਾ ਆਏ ਬੱਕਰੀਆਂ ਵੀ ਲੈ ਜਾ ਜਦੋਂ ਬੱਕਰੀਆਂ ਤੇਰੇ ਘਰ ਜਾਣਗੀਆਂ ਤੇਰਾ ਚੁੱਲ੍ਹਾ ਕਦੇ ਠੰਡਾ ਨਹੀਂ ਹੋਏਗਾ ਜਿਹੜੇ ਸਤੈਫ ਦੇ ਨਾਲ ਸਰਦਾਰ ਆਏ ਸਨ ਉਹ ਬਾਹਰ ਹਵੇਲੀ ਦੇ ਖੜੇ ਸਨ ਅਗਾ ਨਹੀਂ ਹੈ ਉਹ ਯਾਰੋ ਲੋਕੋ ਇਹ ਉਹੀ ਹੀ ਤੇ ਆਏ ਜਿਨ੍ਹਾਂ ਨੇ ਹਜ਼ੂਰ ਨੂੰ ਪੱਥਰ ਮਾਰੇ ਆਏ ਦਰਵਾਜ਼ੇ ਵਿੱਚ ਖੜੀ ਹੋਊਂਗੀ ਕਿਉਂਕਿ ਹਵੇਲੀ ਦਾ ਦਰਵਾਜ਼ਾ ਬੜਾ ਵੱਡਾ ਸੀ ਤੇ ਉਹ ਭੰਨਾ ਤੇ ਸਾਰੀਆਂ ਚੀਜ਼ਾਂ ਅੰਦਰ ਰੱਖ ਕੇ ਹਜ਼ਰਤ ਸ਼ੀਮਾ ਬਾਹਰ ਨਿਕਲੀਆਂ ਤੇ ਬੰਦੇ ਇੱਕ ਇੱਕ ਬੰਦੇ ਦੇ ਨਾ ਕੰਡ ਤੇ ਹੱਥ ਤੇ ਧੱਕਾ ਦੇ ਕੇ ਤੇ ਬੂਹੇ ਤੋਂ ਬਾਹਰ ਕੱਢਦੀਆਂ ਐ ਮੈਨੂੰ ਆਂਦੇ ਆ ਨਾ ਵੀ ਤੂੰ ਗਰੀਬ ਨਹੀਂ ਹੈ ਤੇ ਤੇਰੀ ਕਹਿ ਸੁਣਨੀ ਆਹ ਵੇਖ ਲਓ ਆਹ ਵੀ ਆਇਆ ਖੜਾ ਨੇ ਦੂਏ ਨੂੰ ਮੁੜ ਧੱਕਾ ਮਾਰ ਗਿਆ ਕਾ ਵੀ ਆਇਆ ਖੜਾ ਨੇ ਤੀਸਰੇ ਨੂੰ ਧੱਕਾ ਮਾਰ ਗਿਆ ਕਾ ਵੀ ਆਇਆ ਸਾਰੇ ਵਾਰੀ ਵਾਰੀ ਗਿਣਾਏ ਬੰਦੇ ਪਰ ਮੈਂ ਕੋਈ ਰਹਿਤ ਨਹੀਂ ਕੀਆ ਹੁਣ ਟਾਈਮ ਨੇ ਮੈਂ ਆਈ ਖੜੀ ਹੁਣ ਅਗਲਾ ਜੁਮਲਾ ਸੁਣਿਆ ਨੇ ਇਸ ਲਈ ਸਾਰਿਆਂ ਨੂੰ ਬੰਦਿਆਂ ਨੂੰ ਬਾਹਰ ਕੱਢ ਕੇ ਨਾ ਹਜ਼ਰਤ ਸ਼ੀਮਾ ਅੰਦਰ ਬੈਠ ਗਈਆਂ ਅੰਦਰੋਂ ਰੋਟੀ ਚੁੱਕ ਕੇ ਲਿਆਂਦੀ ਫਰਮਾਇਆ ਆਹ ਬੰਦੇ ਵੀ ਛੱਡੇ ਮੇਰੇ ਵੀਰਾਂ ਨੇ ਰੋਟੀ ਵੀ ਦਿੱਤੀ ਸੁੱਕ ਬਹਿਣ ਨੂੰ ਜਿੱਥੇ ਭੁੱਖ ਲੱਗੇਗੀ ਖਾ ਲੇ ਫਰਮਾਇਆ ਤੁਸੀਂ ਬੜੇ ਬੜੇ ਸਰਦਾਰ ਹੋ ਆਹ ਚਾਦਰ ਜਿਹੜੀ ਯਮਨੀ ਮੈਂ ਪਾਈ ਖੜੀ ਆ ਤੁਹਾਡੇ ਕੋਲ ਕਿਸੇ ਕੋਲ ਜਨਾਬ ਚਾਦਰ ਹੈ ਅਸੀਂ ਮੈਨੂੰ ਵਿਖਾਓ ਤਾਂ ਸਹੀ ਕਿਸੇ ਦੇ ਘਰ ਪਈ ਹੋਵੇ ਉਹਨਾਂ ਕਹਿੰਦਾ ਸ਼ੀਮਾ ਕੋਈ ਨੀ ਆਪ ਨੇ ਫਰਮਾਇਆ ਠਹਿਰੋ ਅੰਦਰ ਗਈਓ ਉੱਠ ਦੀ ਮੁਹਾਰ ਪਕੜ ਕੇ ਬਾਹਰ ਛਿੱਕ ਕੇ ਲਿਆਂਦਾ ਫਰਮਾਇਆ ਆਏ ਉੱਠ ਵੀ ਮੇਰੇ ਵਿਰਾਹ ਦਿੱਤਾ ਤੇ ਫਿਰ ਅੰਦਰ ਗਈਆਂ ਜਨਾਬ 40 ਬੱਕਰੀਆਂ ਵੀ ਬਾਹਰ ਲੈ ਆਉਂਦੀ 40 ਬੱਕਰੀਆਂ ਲਿਆ ਕੇ ਫਰਮਾਇਆ 40 ਬੱਕਰੀਆਂ ਵੀ ਮੇਰੇ ਵਿਰਾਹ ਦਿੱਤੀਆਂ ਤੇ ਆਹ ਸਾਰਾ ਸਮਾਨ ਹੁਣ ਪਕੜੋ ਤੇ ਮੈਂ ਆਖਰੀ ਵਾਰੀ ਉਹਨੂੰ ਮਿਲੀ ਨਾ ਸ਼ੀਮਾ ਟੁਰ ਪਈਆਂ ਜਦੋਂ ਦਰਵਾਜ਼ੇ ਵਿੱਚੋਂ ਅੰਦਰ ਦਾਖਲ ਹੋਈਆਂ ਤੇ ਜਨਾਬ ਸ਼ੀਮਾ ਨੂੰ ਹਜ਼ੂਰ ਨੇ ਆਉਂਦਿਆਂ ਵੇਖਿਆ ਸਰਕਾਰ ਨੇ ਫਰਮਾਇਆ ਆ ਭੈਣ ਸ਼ੀਮਾ ਹੁਣ ਕਿਵੇਂ ਪਈਆਂ ਨਹੀਂ ਹੈ ਹੁਕਮ ਕਰ ਤੇਰੀ ਉਹ ਵੀ ਮੰਨੀ ਜਾਏਗੀ ਕੀ ਚਾਹੀਦਾ ਈ ਹੁਣ ਸੁਣਿਆ ਜੇ ਕੀ ਚਾਹੀਦਾ ਈ ਸ਼ੀਮਾ ਟੁਰਦੀਆਂ ਟੁਰਦੀਆਂ ਜਿੱਥੇ ਹਜ਼ੂਰ ਖੜੇ ਆਏ ਆਰਾਮ ਨਾਲ ਜ਼ਮੀਨ ਤੇ ਬਹਿ ਕੇ ਮੁਸਤਫਾ ਦੇ ਕਦਮਾਂ ਨੂੰ ਜੱਫਾ ਪਾ ਲਿਆ ਸਰਕਾਰ ਦੇ ਕਦਮ ਪਕੜ ਲਏ ਤੇ ਢਾਈ ਮਾਰ ਕੇ ਰੋਣ ਲੱਗ ਗਈਆਂ ਸਰਕਾਰ ਨੇ ਬਾਹਾਂ ਤੋਂ ਪਕੜ ਕੇ ਸਿਰ ਤੇ ਹੱਥ ਰੱਖ ਕੇ ਫਰਮਾਇਆ ਨੀ ਸ਼ੀਮਾ ਖੜੀ ਹੋ ਜਾ ਰੋਂਦੀ ਕਿਉਂ ਐ ਦੱਸ ਕੀ ਗੱਲ ਐ ਕੀ ਚਾਹੀਦਾ ਈ ਆ ਸ਼ੀਮਾ ਹਜ਼ੂਰ ਦਾ ਹੱਥ ਚੁੰਮ ਕੇ ਆਖਿਆ ਹੁਣ ਮੈਨੂੰ ਹੋਰ
कुछ नहीं चाहिदा हुण मैनू मुहम्मद दा दीन चाहिदा है जो मुहम्मद बार सदा गे आपा नू सियान लई सी मुहम्मद केड़ा रहम दिल ले इन्नी रसूलुल्लाहि अलैकुम जमीया सारे वास्ते रसूल बन के आया है आन दियो वेख्या जे मुहम्मद माफ कर देवेगा सरकार जदो बाहर आए हुण सारे दरवाजे विच खड़े कंबी जा रहे सरकार ने फरमाया ओ मैनू बुलाण आयो दसो किवें आए हो एक बोलिया या मुहम्मद तेरा दीन केड़ा चंगा है सानू कलमा फड़ा दे ते सानू गलती दी माफी देवी जड़े पत्थर मारे आए सरकार मुस्कुरा के फरमाया ओ रहमत लिल आलमीन दे दरवाजे ते आ गयो कलमा मेरा पढ़ लो जो सब का गुनाह अल्लाह माफ कर छड़े रब नु मनांदा हाय हाय